ਸਤਿ ਸ਼੍ਰੀ ਅਕਾਲ ਦੋਸਤੋ, ਸੁਖਮਨੀ ਇਮੀਗ੍ਰੇਸ਼ਨ ਸਰਵਿਸਿਜ਼ ਬ੍ਰੈਂਪਟਨ ਕੈਨੇਡਾ ਤੋਂ ਮੈਂ ਸਤਿੰਦਰ ਭਾਟੀਆ ਤੁਹਾਡਾ ਇਸ ਵੀਡੀਓ ਸਵਾਗਤ ਕਰਨਾ ਵਾਂ। ਮੈਂ ਰੈਗੂਲੇਟਡ ਐਂਡ ਲਾਇਸੈਂਸਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਅੱਜ ਦਾ ਵੀਡੀਓ ਬਹੁਤ ਹੀ ਸਪੈਸ਼ਲ ਹੈ ਕਿਉਂਕਿ ਅੱਜ ਇੱਕ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਇੱਕ ਪ੍ਰੋਵਿੰਸ ਹੈ ਜਿਹਨੇ ਕਿ ਟੈਕ ਡਰਾਅ ਕੱਢਿਆ ਹੈ, ਕੀ ਪ੍ਰੋਵਿੰਸ ਹੈ, ਕੀ ਡਰਾਅ ਹੈ, ਕੀ ਡਿਟੇਲ ਹੈ, ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਨੇ ਹਾਂ। ਉਸ ਤੋਂ ਪਹਿਲਾਂ ਰਿਕੁਐਸਟ ਹੈ, ਪਲੀਜ਼ ਚੈਨਲ ਜੇ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਇਸ ਚੈਨਲ 'ਤੇ ਅਸੀਂ ਬਹੁਤ ਸਾਰੀਆਂ ਕੈਨੇਡੀਅਨ ਇਮੀਗ੍ਰੇਸ਼ਨ ਨਿਊਜ਼ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨੇ ਹਾਂ। ਅਤੇ ਵੀਡੀਓ ਨੂੰ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਆਪਣੇ ਫਰੈਂਡਸ ਔਰ ਫੈਮਿਲੀਜ਼ ਨਾਲ ਤਾਂ ਕਿ ਉਹਨਾਂ ਦਾ ਵੀ ਬੈਨੀਫਿਟ ਹੋ ਸਕੇ। ਸੋ ਵਿਦਾਊਟ ਫਰਦਰ ਡਿਲੇ ਲੈਟਸ ਗੈਟ ਸਟਾਰਟਡ। ਕੀ ਡਰਾਅ ਹੈਗਾ? BC PNP ਦਾ ਇਹ ਟੈਕ ਡਰਾਅ ਹੋਇਆ ਹੈ। ਸੋ ਬ੍ਰਿਟਿਸ਼ ਕੋਲੰਬੀਆ BC ਉਹਨਾਂ ਦਾ PNP ਪ੍ਰੋਗਰਾਮ, ਉਹਦੇ ਅੰਦਰ ਟੈਕ ਡਰਾਅ ਹੋਇਆ ਹੈ। ਉਹਦੀ ਡਿਟੇਲਸ ਨੇ, ਕੀ ਡਿਟੇਲਸ ਨੇ, ਲੈਟ ਅਸ ਸੀ। ਸੋ ਇਹ ਡਰਾਅ ਜਿਹੜਾ ਹੋਇਆ February 15 ਨੂੰ ਹੋਇਆ ਔਰ ਹੁਣ ਤੱਕ ਤੀਜਾ ਡਰਾਅ ਕੱਢਦੇ ਪਏ ਨੇ। ਇਹ 3 ਡਰਾਅ ਹੋ ਚੁੱਕੇ ਨੇ, 3 ਦੇ ਵਿੱਚੋਂ 2 ਡਰਾਅ ਟੈਕ ਦੇ ਨੇ। ਸੋ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਵਾਂ ਕਿ ਟੈਕਨੋਲੋਜੀ ਉੱਤੇ ਬਹੁਤ ਜ਼ਿਆਦਾ ਫੋਕਸ ਹੈ, ਨਾ ਕੇਵਲ BC ਦਾ ਬਲਕਿ ਹੋਰ 2 ਪ੍ਰੋਵਿੰਸਿਸ ਨੇ ਉਹਨਾਂ ਦਾ ਬਹੁਤ ਜ਼ਿਆਦਾ ਫੋਕਸ ਹੈ। ਉਹਨਾਂ ਨੇ ਸਪੈਸ਼ਲੀ ਪ੍ਰੋਗਰਾਮਸ ਕ੍ਰੀਏਟ ਕੀਤੇ ਹੋਏ ਨੇ ਇਹਦੇ ਵਾਸਤੇ, ਜਿਵੇਂ ਕਿ ਓਨਟੈਰੀਓ, ਜਿਵੇਂ ਕਿ ਐਲਬਰਟਾ। ਸੋ ਐਲਬਰਟਾ ਦਾ ਐਕਸਲਰੇਟਿਡ ਟੈਕ ਪਾਥਵੇ ਮੈਂ ਤੁਹਾਡੇ ਵਾਸਤੇ ਸ਼ੇਅਰ ਕੀਤਾ ਹੋਇਆ ਆਲਰੇਡੀ ਪੂਰਾ ਵੀਡੀਓ। ਸੋ ਇਸੇ ਤਰ੍ਹਾਂ ਹੀ ਓਨਟੈਰੀਓ ਦਾ ਪ੍ਰੋਗਰਾਮ ਹੈਗਾ। ਸੋ ਓਨਟੈਰੀਓ, ਐਲਬਰਟਾ ਐਂਡ ਆਲਸੋ BC ਇਹਨਾਂ ਦੇ ਆਪਣੇ ਆਪਣੇ ਇੰਡੀਵਿਜੁਅਲ ਪ੍ਰੋਗਰਾਮ ਰਨ ਕਰਦੇ ਨੇ। ਦਿਸ ਸ਼ੋਜ਼ ਕਿ ਟੈਕਨੋਲੋਜੀ ਸੈਕਟਰ, ਕੋਈ ਵੀ IT ਸੈਕਟਰ 'ਚ ਜਾਂ ਹੋਰ ਵੀ ਟੈਕਨੋਲੋਜੀ ਸੈਕਟਰ 'ਚ, IT ਦੇ ਵਿੱਚ ਖਾਸ ਕਰ, ਜੇ ਤੁਸੀਂ ਕੰਪਿਊਟਰ ਪ੍ਰੋਗਰਾਮਰ ਹੋ, ਵੈਬ ਡਿਵੈਲਪਰ ਹੋ, ਸੋਫਟਵੇਅਰ ਇੰਜੀਨੀਅਰ ਹੋ, ਡਾਟਾਬੇਸ ਐਨਾਲਿਸਟ ਹੋ, DBA ਹੋ, ਪ੍ਰੋਜੈਕਟ ਮੈਨੇਜਰ ਹੋ, ਕੋਈ ਵੀ ਇੱਕ ਕੈਟੇਗਰੀ 'ਚ, ਇਸ ਕੈਟੇਗਰੀ 'ਚ ਹੋ, ਯੂ ਹੈਵ ਸੋ ਮੱਚ ਓਪਰਚੁਨਿਟੀਜ਼। ਸੋ ਇਮੀਗ੍ਰੇਟ ਕਰਨ ਦੀਆਂ ਬਹੁਤ ਸਾਰੀਆਂ ਓਪਰਚੁਨਿਟੀਜ਼ ਤੁਹਾਡੇ ਕੋਲ ਹੈਗੀਆਂ ਨੇ। ਸੋ ਅੱਜ ਅਸੀਂ ਜਿਹੜੀ ਸਪੈਸੀਫਿਕ ਗੱਲ ਕਰਨ ਜਾ ਰਹੇ ਹਾਂ ਉਹ BC PNP ਡਰਾਅ ਫੈਬਰਰੀ ਦੇ ਵਿੱਚ ਜਿਹੜਾ ਹੋਇਆ ਉਹਦੀ ਗੱਲ ਕਰਨੇ ਹਾਂ। ਸੋ ਪ੍ਰੋਵਿੰਸ ਡਰਾਸ ਅਤੇ ITA ਸਾਰਾ ਕੁਝ ਇਹਦੇ ਨਾਲ ਤੁਹਾਨੂੰ ਸ਼ੇਅਰ ਕਰਨੇ ਹਾਂ। ਸੋ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਪ੍ਰੋਵਿੰਸ ਹੈ BC, 15 February ਨੂੰ ਡਰਾਅ ਹੋਇਆ ਹੈ। 140 ITA ਇਸ਼ੂ ਕੀਤੀਆਂ ਗਈਆਂ ਨੇ। ਡਰਾਅ ਕਿਸ ਤਰ੍ਹਾਂ ਦਾ ਹੋਇਆ? ਟੈਕ ਡਰਾਅ ਹੋਇਆ। ਸੋ ਬੜਾ ਸਪੈਸੀਫਿਕ ਟੈਕ ਡਰਾਅ ਕੱਢਦੇ ਨੇ, ਟੈਕਨੋਲੋਜੀ ਵਾਲਿਆਂ ਨੂੰ ਹੈਂਡ ਪਿਕ ਕਰ ਲੈਂਦੇ ਨੇ, ਉਹਨਾਂ ਨੂੰ ਸਿਲੈਕਟ ਕਰ ਲੈਂਦੇ ਨੇ। ਸੋ ਦਿਸ ਇਜ਼ ਦਾ ਫੋਕਸ ਔਨ ਟੈਕਨੋਲੋਜੀ। ਸੋ ਇਸ ਤੋਂ ਪਹਿਲਾਂ BC ਜਿਹੜਾ 8 February ਨੂੰ ਡਰਾਅ ਕੱਢ ਚੁੱਕਾ, ਉਹ ਜਨਰਲ ਡਰਾਅ ਸੀ। ਉਸ ਤੋਂ ਪਹਿਲਾਂ ਟੈਕ ਡਰਾਅ ਆਲਰੇਡੀ ਕੱਢ ਚੁੱਕੇ ਨੇ, ਯਾਨੀ ਕਿ ਇਸ ਮਹੀਨੇ ਦਾ ਦੂਜਾ ਟੈਕ ਡਰਾਅ ਹੈ। ਸੋ ਹਜੇ ਫੈਬਰਰੀ ਖਤਮ ਨਹੀਂ ਹੋਇਆ ਅਤੇ BC ਆਲਰੇਡੀ 3 ਡਰਾਅ ਕੱਢ ਚੁੱਕਾ ਹੈ। ਸੋ 3 ਡਰਾਅ ਔਰ 454 ITA ਇਸ਼ੂ ਕਰ ਚੁੱਕਾ ਹੈ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਬਰਦਸਤ BC ਦਾ ਫੋਕਸ ਹੈ। ਇਸੇ ਤਰ੍ਹਾਂ ਹੀ ਓਨਟੈਰੀਓ, ਇਸੇ ਤਰ੍ਹਾਂ ਹੀ ਐਲਬਰਟਾ। ਸੋ ਅੱਗੇ ਗੱਲ ਕਰਨੀ ਆ, ਜਿਹੜਾ ਇਹ ਡਰਾਅ ਹੋਇਆ ਉਹਦੇ ਐਨਾਲਿਸਿਸ ਦੇਖ ਲੈਂਦੇ ਹਾਂ। February 15 ਨੂੰ ਡਰਾਅ ਹੋਇਆ, 140 ITA ਇਸ਼ੂ ਕੀਤੇ ਗਏ ਨੇ। ਸੋ ਕੈਟੇਗਰੀ ਕਿਹੜੀ ਪਿੱਕ ਕੀਤੀ ਗਈ ਹੈ? ਸਕਿੱਲਡ ਵਰਕਰ ਕੈਟੇਗਰੀ ਦੇ ਵਿੱਚੋਂ ਔਰ ਇੰਟਰਨੈਸ਼ਨਲ ਗ੍ਰੈਜੂਏਟ ਔਰ ਸਕਿੱਲਡ ਵਰਕਰ ਕੈਟੇਗਰੀ ਦੇ ਵਿੱਚੋਂ ਉਹਨਾਂ ਨੇ ਪਿੱਕ ਕੀਤਾ। ਐਕਸਪ੍ਰੈਸ ਐਂਟਰੀ ਕੈਟੇਗਰੀ 'ਚੋਂ ਪਿੱਕ ਕੀਤਾ ਹੈਗਾ, ਐਕਸਪ੍ਰੈਸ ਐਂਟਰੀ ਇੰਟਰਨੈਸ਼ਨਲ ਗ੍ਰੈਜੂਏਟ ਕੈਟੇਗਰੀ 'ਚੋਂ ਪਿੱਕ ਕੀਤਾ। ਸਕੋਰ ਬਹੁਤ ਹੀ ਥੋੜ੍ਹਾ ਹੈ, 85 ਮਿਨੀਮਮ ਸਕੋਰ ਚਾਹੀਦਾ ਸੀ। ਸੋ ਇਹ ਓਵਰਆਲ ਐਨਾਲਿਸਿਸ ਹੈ। ਸੋ BC ਟੈਕ ਡਰਾਅ ਜਿਹੜਾ ਹੈਗਾ, ਤੁਹਾਨੂੰ ਜਿਸ ਤਰ੍ਹਾਂ ਕਿ ਮੈਂ ਦੱਸ ਚੁੱਕਾ ਵਾਂ ਕਿ ਐਕਸਪ੍ਰੈਸ ਐਂਟਰੀ ਔਰ ਸਕਿੱਲਸ ਇਮੀਗ੍ਰੇਸ਼ਨ ਕੈਟੇਗਰੀ 'ਚ ਉਹਨਾਂ ਨੇ ਪਿੱਕ ਕੀਤਾ ਹੈਗਾ, ਔਰ ਕੈਂਡੀਡੇਟ ਜਿਹਨਾਂ ਨੇ ITA ਰਿਸੀਵ ਕੀਤਾ ਹੈਗਾ, ਇਨਵੀਟੇਸ਼ਨ ਰਿਸੀਵ ਕੀਤਾ ਹੈਗਾ, ਉਹ ਸਕਿੱਲਡ ਵਰਕਰ ਕੈਟੇਗਰੀ, ਇੰਟਰਨੈਸ਼ਨਲ ਗ੍ਰੈਜੂਏਟ ਕੈਟੇਗਰੀ ਜਿਹੜੀ ਉਹਦੇ ਅੰਦਰ ਸਭ ਕੈਟੇਗਰੀ ਹੈ ਉਹਨਾਂ ਦੇ ਵਿੱਚੋਂ ਹੈਗੇ ਨੇ, ਔਰ ਸਿਰਫ 85 ਦਾ ਉਹਨਾਂ ਨੂੰ ਸਕੋਰ ਚਾਹੀਦਾ ਸੀ। ਇੱਕ ਚੀਜ਼ ਮੈਂ ਬਾਰ ਬਾਰ ਰਿਪੀਟ ਕਰਨਾ ਵਾਂ ਕਿ ਇਸ ਵਾਰੀ ਤੁਹਾਨੂੰ 30 days ਮਿਲ ਰਹੇ ਨੇ, 30 calendar days। ਸੋ ਇਹ ਥੋੜ੍ਹਾ ਧਿਆਨ ਰੱਖਿਓ ਕਿ ਇਨਵੀਟੇਸ਼ਨ ਆ ਗਿਆ, ਕੋਂਗਰੈਚੁਲੇਸ਼ਨਸ, ਬਹੁਤ ਖੁਸ਼ ਹੋਣ ਦੀ ਗੱਲ ਹੈਗੀ ਹੈ, ਸੈਲੀਬ੍ਰੇਟ ਕਰੋ, ਲੇਕਿਨ ਇਹ ਨਾ ਭੁੱਲ ਜਾਓ ਕਿ 30 days ਹੈਗੇ ਨੇ। ਸੋ 30 days ਦੇ ਅੰਦਰ ਅੰਦਰ ਤੁਹਾਨੂੰ ਡਿਟੇਲ ਸਬਮਿਟ ਕਰਨੀਆਂ ਨੇ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਦੂਜੀ ਚੀਜ਼ ਮੈਂ ਤੁਹਾਡੇ ਨਾਲ ਇੱਕ ਹੋਰ ਸ਼ੇਅਰ ਕਰਨਾ ਚਾਹੁੰਦਾ ਵਾਂ ਕਿ ਜਨਵਰੀ ਦਾ, ਔਰ ਇਹਦਾ ਅਸੀਂ ਪਹਿਲੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ, ਬਟ ਜਨਵਰੀ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਨਵਰੀ 'ਚ ਇਹਨਾਂ ਨੇ 4 PNP ਡਰਾਅ ਕੱਢੇ ਸੀ। ਸੋ 4 'ਚੋਂ ਫਿਰ 2 ਟੈਕ ਡਰਾਅ ਸੀ, ਅਤੇ ਹੁਣ ਇਸ ਵਾਰੀ ਇਹ ਫੈਬਰਰੀ ਦਾ ਮਹੀਨਾ ਚੱਲ ਰਿਹਾ, ਫੈਬਰਰੀ ਦੇ ਮਹੀਨੇ ਦੇ ਵਿੱਚ 2 ਟੈਕ ਡਰਾਅ ਆਲਰੇਡੀ ਕੱਢ ਚੁੱਕੇ ਨੇ, ਔਰ
ਹੁਣ ਤੱਕ ਤੁਸੀਂ ਦੇਖ ਚੁੱਕੇ ਹੋ 454 ITI ਇਸ਼ੂ ਕਰ ਚੁੱਕੇ ਨੇ। ਸੋ ਮੈਨੂੰ ਉਮੀਦ ਹੈ ਕਿ ਇੱਕ ਡਰਾ ਹੋਰ ਆਏਗਾ, ਹਜੇ ਫੈਬਰੀ ਦਾ ਮਹੀਨਾ ਹਜੇ ਖਤਮ ਨਹੀਂ ਹੋਇਆ, ਸੋ ਇੱਕ ਡਰਾ ਹੋਰ ਆਉਣ ਦੀ ਉਮੀਦ ਹੈ। ਜਦੋਂ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ। ਅਗਲੀ ਉਸ ਤੋਂ ਅਗਲੀ ਜਿਹੜੀ ਚੀਜ਼ ਹੈਗੀ ਹੈ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ BC PNP ਕੈਟੇਗਰੀਜ਼, ਹੁਣ ਕਾਫੀ ਸਾਰੀਆਂ BC PNP ਕੈਟੇਗਰੀਜ਼ ਨੇ, ਸੋ ਕਈ ਵਾਰੀ ਥੋੜ੍ਹਾ ਕਨਫਿਊਜ਼ਨ ਵੀ ਹੋ ਜਾਂਦਾ ਹੈ। ਜਸਟ ਟੂ ਰੀਕਾਲ ਕਿ ਕਿਹੜੀਆਂ ਕਿਹੜੀਆਂ ਕੈਟੇਗਰੀਜ਼ ਨੇ, ਇੱਕ ਤਾਂ ਜਿਹੜੀ ਐਕਸਪ੍ਰੈਸ ਐਂਟਰੀ ਕੈਟੇਗਰੀ ਹੈ, ਇਹ ਐਕਸਪ੍ਰੈਸ ਐਂਟਰੀ ਕੈਟੇਗਰੀ ਫੈਡਰਲ ਦੀ ਐਕਸਪ੍ਰੈਸ ਐਂਟਰੀ ਕੈਟੇਗਰੀ ਨਾਲ ਲਿੰਕਡ ਹੈ। ਸੋ ਇੱਕ ਪਾਸੇ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਕਰਦੇ ਹੋ BC ਦੇ ਵਿੱਚ, ਅਤੇ ਦੂਜੇ ਪਾਸੇ ਤੁਸੀਂ ਫੈਡਰਲ ਦੇ ਵਿੱਚ ਤੁਹਾਡੀ ਪ੍ਰੋਫਾਈਲ ਹੋਣੀ ਚਾਹੀਦੀ ਹੈ। ਸੋ ਐਕਸਪ੍ਰੈਸ ਐਂਟਰੀ ਸਟਰੀਮ, ਜਿਹਨੂੰ EE ਸਟਰੀਮ ਵੀ ਕਹਿੰਦੇ ਨੇ, ਤਾਂ ਦੂਜਾ ਹੈਗਾ ਤੁਹਾਡਾ ਸਕਿੱਲਸ ਇਮੀਗ੍ਰੇਸ਼ਨ ਸਟਰੀਮ, ਤੀਜਾ ਤੁਹਾਡਾ ਹੈਗਾ ਐਂਟਰਪ੍ਰੀਨਿਓਰ ਇਮੀਗ੍ਰੇਸ਼ਨ ਸਟਰੀਮ। ਐਕਚੁਅਲੀ ਐਂਟਰਪ੍ਰੀਨਿਓਰ ਇਮੀਗ੍ਰੇਸ਼ਨ ਪਾਇਲਟ ਰਨ ਕਰ ਰਹੇ ਨੇ, ਸੋ ਕੱਲ੍ਹ ਨੂੰ ਇਹਨੂੰ ਵੀ ਪੱਕਾ ਪ੍ਰੋਗਰਾਮ ਕਰ ਦੇਣਗੇ। BC PNP ਟੈਕ ਪ੍ਰੋਗਰਾਮ, ਜਿਹਦੀ ਪਹਿਲੇ ਆ ਟੈਕ ਪਾਇਲਟ ਸੀ, ਸੋ ਹੁਣ ਇਹ BC PNP ਪ੍ਰੋਗਰਾਮ ਹੋ ਗਿਆ। ਸੋ ਸਕਿੱਲਡ ਵਰਕਰ ਇਹਦੇ ਵਿੱਚ, ਜਿਸ ਤਰ੍ਹਾਂ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਸਕਿੱਲਡ ਵਰਕਰ, ਹੈਲਥ ਕੇਅਰ ਪ੍ਰੋਫੈਸ਼ਨਲ, ਇੰਟਰਨੈਸ਼ਨਲ ਗ੍ਰੈਜੂਏਟ, ਇੰਟਰਨੈਸ਼ਨਲ ਪੋਸਟ ਗ੍ਰੈਜੂਏਟ, ਇਹ ਸਭ ਕੈਟੇਗਰੀਜ਼ ਹੈਗੀਆਂ ਨੇ। ਇਸੇ ਤਰ੍ਹਾਂ ਸਕਿੱਲਸ ਇਮੀਗ੍ਰੇਸ਼ਨ ਦੇ ਵਿੱਚ ਵੀ ਸਭ ਕੈਟੇਗਰੀਜ਼ ਇਹਦੇ ਵਿੱਚ ਹੈਗੀਆਂ ਨੇ। ਤੁਸੀਂ ਹੋਰ ਵਧੇਰੀ ਜਾਣਕਾਰੀ ਅਗਰ ਤੁਸੀਂ ਇਸ ਬਾਰੇ 'ਚ ਲੈਣੀ ਹੈ, ਤਾਂ ਯੂ ਕੈਨ ਰੀਚ ਆਊਟ ਟੂ ਆਵਰ ਆਫਿਸ। ਆਵਰ ਆਫਿਸ ਇਜ਼ ਲੋਕੇਟਡ ਇਨ ਬ੍ਰੈਂਪਟਨ। ਇਹ ਸਾਡਾ ਈਮੇਲ ID ਔਰ ਫੋਨ ਨੰਬਰ ਹੈ। ਅਤੇ ਜੇ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ। ਵੰਸ ਅਗੇਨ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦ ਵੀਡੀਓ। ਥੈਂਕ ਯੂ।